ਸਭ ਜੈਮ ਸੀ ਦੀ ਜੈਮ ਸੀ ਦੀ ਫਤਕਵਾਲ ਜੀ ਆਪਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ ਅੱਜ ਜੀ ਸਰ ਆਪਾਂ ਮੌਕਾ ਮਿਲਿਆ ਹਾਲੇਲੂਇਆ ਔਰ ਆਪਾਂ ਬਾਈਬਲ ਸਟੱਡੀ ਕਰ ਸਕੀਏ ਔਰ ਬਾਈਬਲ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਸਾਮ ਭਜਨ ਜ਼ਬੂਰ 111 ਉਹਦੀਆਂ 7 ਤੋਂ 10 ਆਇਤਾਂ 111 ਠੀਕ ਹੈ ਜੀ ਹਾਂਜੀ 7 ਤੋਂ 10 ਉਸ ਵਿੱਚ ਇਸ ਤਰ੍ਹਾਂ ਲਿਖਿਆ ਜੀ ਉਹਦੇ ਹੱਥਾਂ ਦਾ ਕੰਮ ਸੱਚਿਆ ਅਤੇ ਸੱਚਾਈ ਅਤੇ ਨਿਆਂ ਦੇ ਹਨ ਉਹਦੇ ਫੁਰਮਾਨ ਵਫਾਦਾਰੀ ਦੇ ਹਨ ਉਹ ਸਦਾ ਹੀ ਅਟਲ ਰਹਿਣਗੇ ਉਹ ਸੱਚਾਈ ਅਤੇ ਸਿਧਿਆਈ ਨਾਲ ਕੀਤੇ ਗਏ ਹਨ ਉਹਨੇ ਆਪਣੀ ਪਰਜਾ ਲਈ ਨਿਸਤਾਰਾ ਘੱਲਿਆ ਉਹਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ ਉਸਦਾ ਨਾਮ ਪਵਿੱਤਰ ਤੇ ਭੈਦਾਇਕ ਹੈ ਯਹੋਵਾ ਦਾ ਡਰ ਬੁੱਧ ਦਾ ਮੂਲ ਹੈ ਜਿਹਨੇ ਉਸਨੂੰ ਪੂਰਾ ਕਰਦੇ ਹਨ ਉਹਨਾਂ ਦੀ ਸਮਝ ਚੰਗੀ ਹੈ ਉਹਦੀ ਉਸਤਤ ਸਦਾ ਤਿਕ ਬਣੀ ਰਹੇਗੀ ਪਰਮੇਸ਼ਰ ਪਿਤਾ ਯਹੋਵਾ ਪਰਮੇਸ਼ਰ ਅਸੀਂ ਆਪ ਦੇ ਡਾਕਟਰ ਦੇ ਰਹੀਏ ਆਪ ਜੀ ਦੀ ਮਰਜ਼ੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰੀ ਹੋਵੇ ਪਰਮੇਸ਼ਰ ਪਿਤਾ ਅਸੀਂ ਆਪ ਦੇ ਡਰ ਦੇ ਵਿੱਚ ਰਹਿ ਕੇ ਸਹੀ ਰਾਸਤੇ 'ਤੇ ਚੱਲੀਏ ਪਰਮੇਸ਼ਰ ਪਿਤਾ ਔਰ ਆਪ ਦਾ ਪਵਿੱਤਰ ਆਤਮਾ ਸਾਨੂੰ ਗਾਈਡ ਕਰੇ ਕਦੇ ਵੀ ਅਸੀਂ ਇੱਧਰ ਉੱਧਰ ਸੱਜੇ ਖਾਬੇ ਸਾਡਾ ਪਰਮੇਸ਼ਰ ਪਿਤਾ ਧਿਆਨ ਭਟ ਕੇ ਸਾਡੇ ਕੰਮ ਤਾਂ ਪਵਿੱਤਰ ਆਤਮਾ ਸਾਨੂੰ ਉੱਥੋਂ ਮੋੜ ਕੇ ਲੈ ਕੇ ਆਵੇ ਪਰਮੇਸ਼ਰ ਪਿਤਾ ਅਸੀਂ ਪਵਿੱਤਰ ਆਤਮਾ ਨੂੰ ਕਦੇ ਵੀ ਦੁਖੀ ਨਾ ਕਰੀਏ ਪਰਮੇਸ਼ਰ ਪਿਤਾ ਇਹੋ ਜਿਹੀ ਸਾਨੂੰ ਸਮਝ ਦਿਓ ਪਰਮੇਸ਼ਰ ਪਿਤਾ ਦਇਆ ਕਰੋ ਰਹਿਮ ਕਰੋ ਪਰਮੇਸ਼ਰ ਪਿਤਾ ਔਰ ਅਸੀਂ ਆਪ ਦੇ ਬੱਚੇ ਜਿਸ ਨੂੰ ਆਪ ਸਾਨੂੰ ਆਪ ਨੇ ਦੁਨੀਆ ਦਾ ਜਗਤ ਦਾ ਚਾਨਣ ਕਿਹਾ ਹੈ ਅਸੀਂ ਉਸ ਚਾਨਣ ਬਣ ਕੇ ਰਹੀਏ ਅਸੀਂ ਖੁਦ ਹਨੇਰੇ ਦੇ ਕੰਮ ਛੱਡ ਕੇ ਨਾ ਕਰਕੇ ਪਰਮੇਸ਼ਰ ਪਿਤਾ ਸੱਚ ਦੇ ਵਿੱਚ ਚਾਨਣ ਦੇ ਵਿੱਚ ਚੱਲੀਏ ਔਰ ਇਹ ਚਾਨਣ ਦੁਨੀਆ ਦੇ ਵਿੱਚ ਫੈਲਾਈਏ ਪਰਮੇਸ਼ਰ ਪਿਤਾ ਔਰ ਆਪ ਦਾ ਨਾਮ ਉੱਚਾ ਹੋਵੇ ਪਰਮੇਸ਼ਰ ਪਿਤਾ ਇਸ ਧਰਤੀ ਦੇ ਉੱਪਰ ਸਾਨੂੰ ਗਾਈਡ ਕਰੋ ਸਾਡੇ ਪਰਮੇਸ਼ਰ ਪਿਤਾ ਉਹ ਹਰ ਇੱਕ ਚੀਜ਼ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਜੋ ਆਪ ਵੱਲੋਂ ਨਹੀਂ ਹੈ ਉਸ ਤੋਂ ਸਾਨੂੰ ਮੋੜੋ ਪਰਮੇਸ਼ਰ ਪਿਤਾ ਔਰ ਆਪ ਜੀ ਦੀ ਮਰਜ਼ੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰੀ ਹੋਵੇ ਸਾਡਾ ਉੱਠਣਾ ਬੈਠਣਾ ਜਾਗਣਾ ਸੋਚਣਾ ਕਰਨਾ ਆਪ ਜੀ ਨੂੰ ਚੰਗਾ ਲੱਗੇ ਪਰਮੇਸ਼ਰ ਪਿਤਾ ਸਾਡੇ ਦਿਲ ਦੀਆਂ ਸੋਚਾਂ ਆਪ ਨੂੰ ਚੰਗੀਆਂ ਲੱਗਣ ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਨੇ ਸਾਨੂੰ ਚੁਣਿਆ ਆਪ ਨੇ ਸਾਨੂੰ ਇਹ ਵਚਨ ਇਹ ਕੀਮਤੀ ਵਚਨ ਸਾਡੇ ਹੱਥਾਂ ਵਿੱਚ ਦਿੱਤਾ ਸਾਡੀਆਂ ਪਰਮੇਸ਼ਰ ਪਿਤਾ ਜਿਸ ਨੂੰ ਅਸੀਂ ਸਮਝ ਸਕੀਏ ਜਾਣ ਸਕੀਏ ਇਸ ਤੋਂ ਸੇਧ ਲੈ ਸਕੀਏ ਪਰਮੇਸ਼ਰ ਪਿਤਾ ਇਹ ਬਾਈਬਲ ਸਟੱਡੀ ਕਰਨ ਜਾ ਰਹੇ ਹਾਂ ਆਪਦੇ ਵਚਨ ਦੇ ਵਿੱਚੋਂ ਸਿੱਖਣ ਜਾ ਰਹੇ ਹਾਂ ਪਰਮੇਸ਼ਰ ਪਿਤਾ ਔਰ ਇਹ ਸਾਰਾ ਸਮਾਂ ਆਪਦੇ ਹੱਥਾਂ ਵੀ ਦਿੰਦੇ ਹਾਂ ਆਪਦਾ ਪਵਿੱਤਰ ਆਤਮਾ ਸਾਨੂੰ ਗਾਈਡ ਕਰੇ ਜੋ ਸਹਾਇਕ ਹੈ ਜੋ ਮਦਦਗਾਰ ਹੈ ਪਰਮੇਸ਼ਰ ਪਿਤਾ ਪਰਮੇਸ਼ਰ ਪਿਤਾ ਜੋ ਸਾਨੂੰ ਸੱਚ ਵੱਲ ਸੱਚ ਲੈ ਕੇ ਜਾਂਦਾ ਹੈ ਸੱਚ ਸਾਡੇ ਸਾਹਮਣੇ ਪੇਸ਼ ਕਰਦਾ ਹੈ ਸਾਨੂੰ ਦਿਖਾਲਦਾ ਹੈ ਪਰਮੇਸ਼ਰ ਪਿਤਾ ਇਹ ਸਾਰਾ ਸਮਾਂ ਆਪਦੇ ਹੱਥਾਂ ਵਿੱਚ ਦਿੰਦੇ ਹਾਂ ਬ੍ਰਦਰ ਇਕਬਾਲ ਜੀ ਨੂੰ ਆਪਦੇ ਹੱਥਾਂ ਵਿੱਚ ਦਿੰਦੇ ਹਾਂ ਇਹਨਾਂ ਦੇ ਲਈ ਇਹਨਾਂ ਦੇ ਸਾਰੇ ਪਰਿਵਾਰ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੀ ਬਰਕਤ ਮੰਗਦੇ ਹਾਂ ਪਰਮੇਸ਼ਰ ਪਿਤਾ ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਹਾਲੇਲੂਇਆ ਜੀ ਪ੍ਰੇਜ਼ ਦ ਲਾਰਡ ਪ੍ਰੇਜ਼ ਦ ਲਾਰਡ ਹਾਂਜੀ ਬਤਾ ਜੀ ਆਪਾਂ ਆਪਣੇ ਜੋ ਵੱਖਰੇ ਵੱਖਰੇ ਰੰਗ ਦੇ ਉੱਪਰ ਉਹਨਾਂ ਦਾ ਬਾਈਬਲ ਦੇ ਮੁਤਾਬਕ ਵਚਨ ਦੇ ਮੁਤਾਬਕ ਕੀ ਮਤਲਬ ਉਹਨਾਂ ਦਾ ਮਤਲਬ ਹੈ ਕੀ ਦਰਸਾਉਂਦਾ ਹੈ ਆਪਾਂ ਬਾਈਬਲ ਕਰ ਰਹੇ ਹਾਂ ਰੰਗਾਂ ਦੇ ਉੱਪਰ ਅਤੇ ਕਿਉਂਕਿ ਬਾਈਬਲ ਦੇ ਵਿੱਚ ਵੱਖਰੇ ਵੱਖਰੇ ਰੰਗਾਂ ਦਾ ਜ਼ਿਕਰ ਹੁੰਦਾ ਹੈ ਨਾ ਅਤੇ ਆਪਾਂ ਅੱਜ ਤੁਸੀਂ ਹੁਣ ਕਿਹੜਾ ਨਵਾਂ ਰੰਗ ਲੈ ਕੇ ਆ ਰਹੇ ਹਾਂ ਜੀ ਕਿਉਂਕਿ ਪਿਛਲੇ ਆਪਣੇ ਰੰਗ ਹੋ ਗਏ ਰੰਗ ਤਾਂ ਉਹੀ ਕਹਿੰਦੇ ਰੰਗ ਲਾ ਦਿੱਤਾ ਚਲੋ ਫਿਰ ਲਾਸਟ ਅਸੀਂ ਓਕੇ ਸਿਲਵਰ ਕਰ ਲਓ
ਸਿਲਵਰ ਓਕੇ ਜੀ ਠੀਕ ਹੈ ਹਾਂਜੀ ਇਹ ਸਿਲਵਰ ਜਿਹੜਾ ਚਾਂਦੀ ਰੰਗਾ ਚਾਂਦੀ ਰੰਗ ਚਾਂਦੀ ਸੋ ਇਹ ਇਹ ਚਾਂਦੀ ਰੰਗਾ ਜਿਹੜਾ ਹੈ ਰੰਗ ਸਿਲਵਰ ਕਲਰ ਇਹ ਪ੍ਰਭੂ ਦੇ ਵਚਨ ਅਤੇ ਛੁਟਕਾਰੇ ਜਾਂ ਮਖਲਸੀ ਕਹਿ ਲਓ ਰਿਡੈਮਸ਼ਨ ਜਾਂ ਧਾਰਮਿਕਤਾ ਇਹਨੂੰ ਵੀ ਤਰਸਾਉਂਦਾ ਹੈ ਨਾ ਅਤੇ ਆਪਣਾ ਧਾਰਮਿਕਤਾ ਹੈ ਨਾ ਇਹ ਵਿਵਸਥਾ ਸਾਰ ਕੁਛ ਵਾਲੇ ਲਿਖ ਲਓ ਵਿਵਸਥਾ ਸਾਰ 22:29 ਅਤੇ ਮਤੀ ਸੰਤ ਮਤੀ 27:5-6 ਇਹ ਜ਼ਰਾ ਦੇਖ ਲਓ ਅਤੇ ਫਿਰ ਇਹ ਅੱਗੇ ਅੱਗੇ ਦੇਖਾਂਗੇ ਕਿ ਹੋਲੀਨੈਸ ਨੂੰ ਵੀ ਪਵਿੱਤਰਤਾਈ ਜਾਂ ਖਾਲਸਪਨ ਨੂੰ ਵੀ ਇਹ ਜ਼ਾਹਿਰ ਕਰਦਾ ਨਾ ਡਿਫਰੈਂਟ ਇਹਦੇ ਨੇ ਪਹਿਲੇ ਉਹ ਦੇਖ ਲਓ ਚਾਂਦੀ ਮਤਲਬ ਪਰਮੇਸ਼ਰ ਦੇ ਵਚਨ ਨੂੰ ਵੀ ਦਰਸਾਉਂਦਾ ਜੀ ਇਹ ਮੁਕਤੀ ਨੂੰ ਵੀ ਦਰਸਾਉਂਦਾ ਹੈ ਇਹ ਡਿਵਨਿਟੀ ਅਲਹੂਈਅਤ ਇਸ ਲਈ ਇਹ ਥੋੜ੍ਹਾ ਥੋੜ੍ਹਾ ਪੜ੍ਹਦੇ ਜਾਵਾਂਗੇ ਆਪਾਂ ਵਿਵਸਥਾ ਸਾਰ ਪੜ੍ਹਨੇ ਮਤੀ ਪੜ੍ਹਨਾ ਵਿਵਸਥਾ ਸਾਰ ਦੇਖ ਲਓ ਮਤੀ ਦੇਖ ਲਓ ਜੀ ਓਕੇ ਚਲੋ ਦੋਨੇ ਦੇਖ ਛੁਟਕਾਰੇ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਕਿਸੇ ਰੰਗ ਵਿੱਚ ਕਿਸੇ ਚੀਜ਼ ਤੋਂ ਕੀਮਤ ਅਦਾ ਕਰਨੀ ਛੁਟਕਾਰਾ ਹੈ ਨਾ ਰਿਡੈਮਸ਼ਨ ਜਿਸ ਤਰੀਕੇ ਨਾਲ ਅਟੋਨਮੈਂਟ ਵੀ ਹੁੰਦਾ ਨਾ ਜਿਸ ਤਰ੍ਹਾਂ ਕੀਮਤ ਦੇ ਕੇ ਅਤੇ ਯਿਸੂ ਨੇ ਸਾਡੀ ਕੀਮਤ ਦੇ ਦਿੱਤੀ ਹੈ ਨਾ ਸੋ ਇਸ ਤਰ੍ਹਾਂ ਡਿਫਰੈਂਟ ਤਰੀਕੇ ਨਾਲ ਇਹਨੂੰ ਜਦੋਂ ਸਿਲਵਰ ਕਲਰ ਆਏ ਇਹਦਾ ਮਤਲਬ ਇਹ ਵੇ ਕਿ ਕੋਈ ਛੁਟਕਾਰੇ ਦੀ ਗੱਲ ਹੋ ਰਹੀ ਹੈ ਪ੍ਰਭੂ ਦਾ ਵਚਨ ਦੀ ਗੱਲ ਹੋ ਰਹੀ ਹੈ ਸੋ ਉਹ ਦੇਖ ਲਓ ਥੋੜ੍ਹਾ ਧਾਰਮਿਕਤਾ ਨੂੰ ਜਿਹੜਾ ਜਾਂ ਇਹਦਾ ਤਾਂ ਪਿਓਰਿਟੀ ਨੂੰ ਹੋਰ ਰੰਗ ਵੀ ਦਰਸਾਉਂਦੇ ਆ ਜੀ 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 ਅਤੇ ਇਹ ਫਿਰ ਪਿਓਰਿਟੀ ਦੇ ਲਈ ਇੱਥੇ ਤੁਸੀਂ ਕਰ ਲਓ ਜ਼ਕਰੀਆ 13:9 ਆਇਤ ਠੀਕ ਹੈ ਜਿਵੇਂ ਕਿ ਹੋਰ ਰੰਗ ਵੀ ਹੈਗੇ ਜਿਹੜੇ ਪਿਓਰਿਟੀ ਧਾਰਮਿਕਤਾ ਨੂੰ ਦਰਸਾਉਂਦੇ ਜੀ ਜੀ ਪਿੱਛੇ ਦੇਖਿਆ ਜਦੋਂ ਵਰਸਿਸ ਪੜ੍ਹਾਂਗੇ ਸਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਏਗਾ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਹਾਂਜੀ ਜੀ ਅਤੇ ਹਾਂਜੀ ਆਪਾਂ ਪੜ੍ਹਦੇ ਹਾਂ ਜੀ ਪਹਿਲਾਂ ਵਿਵਸਥਾ ਸਾਰ 22:29 ਜੀ ਹਾਂਜੀ ਉਸ ਸਟ੍ਰਿਸ਼ਨਾ ਸਟਿਸ਼ਨਾ ਹਾਂ ਸਟਿਸ਼ਨਾ ਹਾਂ ਵਿਟੋਨਮੀ 22:29 ਵਾਹ ਵਾਹ ਹਾਂਜੀ ਠੀਕ ਹੈ ਜੀ ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਤਾਂ ਉਹ ਮਨੁੱਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ ਉਹ ਛੋਕਰੀ ਦੇ ਪਿਓ ਨੂੰ ਚਾਂਦੀ ਦੇ 50 ਰੁਪਏ ਦੇਵੇ ਫਿਰ ਉਹ ਉਸਦੀ ਤੀਵੀਂ ਹੋਵੇਗੀ ਇਸ ਲਈ ਕਿ ਉਸਨੇ ਉਸਦੀ ਬੇਪਤੀ ਕੀਤੀ ਉਹ ਉਸਨੂੰ ਆਪਣੇ ਜੀਵਨ ਭਰ ਛੱਡ ਨਹੀਂ ਸਕੇਗਾ ਜੀ ਛੁਟਕਾਰਾ ਹੋ ਗਿਆ ਕਿਸੇ ਤਰੀਕੇ ਨਾਲ ਉਹਦੀ ਕੀਮਤ ਅਦਾ ਕਰਨ ਦੀ ਗੱਲ ਹੋ ਰਹੀ ਹੈ ਠੀਕ ਹੈ ਹਾਂ ਇਹ ਇੱਥੇ ਚਾਂਦੀ ਕਿਉਂਕਿ ਉਦੋਂ ਸਿੱਕਾ ਚਾਂਦੀ ਦਾ ਚੱਲਦਾ ਸੀਗਾ ਚਾਂਦੀ ਦਾ ਸਿੱਕਾ ਜੋ ਪੈਸੇ ਉਸ ਟਾਈਮ ਉਹ ਸੀਗਾ ਇਸ ਕਰਕੇ ਚੱਲਦਾ ਇਹ ਜੀ ਹਾਂਜੀ ਜੀ ਜੀ ਜੇ ਉਸ ਟਾਈਮ ਹੋ ਸਕਦਾ ਚਾਂਦੀ ਦਾ ਨਾਂ ਚੱਲਦਾ ਹੁੰਦਾ ਕੋਈ ਜਿਹੜਾ ਸਿੱਕਾ ਚੱਲਦਾ ਹੁੰਦਾ ਉਹਦੇ ਨਾਲ ਕਹਿ ਦੇਣਾ ਸੀ ਇਹ ਜੀ ਅਤੇ ਫਿਰ ਚਲੋ ਨਏ ਨਾਮੇ ਦੀ ਪੜ੍ਹ ਦਿਓ ਓਕੇ ਨਿਊ ਟੈਸਟਮੈਂਟ ਓਕੇ ਜੀ ਓਕੇ ਇਹ ਗੱਲ ਠੀਕ ਹੈ ਕਿ ਉਦੋਂ ਚਾਂਦੀ ਦਾ ਅੱਜ ਕੱਲ੍ਹ ਚਾਂਦੀ ਤਾਂ ਨਹੀਂ ਲੱਭਦੀ ਹੈ ਨਾ ਹਾਂਜੀ ਲੇਕਿਨ ਸਿੰਬੋਲਿਕਲੀ ਇਹ ਚੂੰਕਿ ਬਾਈਬਲ ਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਅਤੇ ਹਾਂਜੀ 27:5-6 ਹਾਂਜੀ 29 ਲਿਖਿਆ ਜੀ 27:5-6 ਹਾਂਜੀ ਉਸ ਦੇ ਵਿੱਚ ਲਿਖਿਆ ਅਤੇ ਉਹ ਉਹਨਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ ਅਤੇ ਪ੍ਰਧਾਨ ਯਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਹਨੂੰ ਖਜ਼ਾਨੇ ਵਿੱਚ ਪਾਉਣ ਯੋਗ ਨਹੀਂ ਕਿਉਂਕਿ ਲਹੂ ਦਾ ਮੁੱਲ ਹੈ ਹਾਂਜੀ ਅਤੇ ਮੁੱਲ ਦੀ ਗੱਲ ਜਿਹੜੀ ਹੈ ਨਾ ਛੁਟਕਾਰੇ ਦੀ ਗੱਲ ਹੋ ਰਹੀ ਹੈ ਮੁੱਲ ਦੀ ਗੱਲ ਹੋ ਰਹੀ ਹੈ
ਇਫਸੀਆਂ 4 ਦੀ 30 ਵੀ ਦੇਖ ਲਓ, ਛੁਟਕਾਰੇ ਦੀ ਗੱਲ ਹੋ ਰਹੀ ਹੈ ਕਿ ਜਿਸ ਤਰ੍ਹਾਂ ਨਹੀਂ ਪਵਿੱਤਰ ਆਤਮਾ ਨੂੰ ਰੰਜੀਦਾ ਨਾ ਕਰੋ, ਦੁਖੀ ਨਾ ਕਰੋ, ਅਤੇ ਕਿਉਂ ਜੇ ਉਹਦੀ ਵਜ੍ਹਾ ਦੇ। ਹਾਂਜੀ, ਇਫਸੀਆਂ 4 ਦੀ 30 ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਤੇ ਪਰਮੇਸ਼ੁਰ ਨੇ ਪਵਿੱਤਰ ਆਤਮਾ ਨੂੰ ਜਿਸਦੇ ਨਾਲ ਇਫਸੀਆਂ 4 ਦੀ 30 ਹੈ ਨਾ। ਹਾਂਜੀ ਠੀਕ ਹੈ, 4 ਦੀ 30। ਅਤੇ ਪਰਮੇਸ਼ੁਰ ਨੇ ਪਵਿੱਤਰ ਆਤਮਾ ਨੂੰ ਜਿਹਦੇ ਨਿਸਤਾਰੇ ਦੇ ਦਿਨ ਤੱਕ ਤੁਹਾਡੇ ਲਈ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ। ਹਾਂ, ਮੋਹਰ ਲੱਗੀ ਹੋਈ ਹੈ, ਯਾਨੀ ਕਿ ਸਾਡਾ ਛੁਟਕਾਰਾ ਹੋਇਆ ਦਾ ਇਹ ਉਸ ਲੈਵਲ 'ਤੇ ਅਸੀਂ ਇਹਨੂੰ ਥੋੜ੍ਹਾ ਜਿਹਾ ਦੇਖ ਰਹੇ ਹਾਂ। ਠੀਕ ਹੈ, ਹਾਂਜੀ। ਅਤੇ ਹੋਰ ਤੁਸੀਂ ਜ਼ਿਕਰ ਆਇਆ ਗਿਆ ਸਰ ਜੀ, ਜ਼ਿਕਰ 13 ਦੀ 9 ਦੇਖੋ, 13 ਦੀ 9। ਹਾਂਜੀ ਹਾਂਜੀ ਹਾਂਜੀ, ਉਹ ਦੇਖਾਂਗੇ ਜੀ। ਹਾਂਜੀ, ਉਹਦੇ ਵਿੱਚ ਜੀ ਜ਼ਿਕਰ ਆਇਆ ਦੇ ਵਿੱਚ, ਹਾਂਜੀ ਜੀ, ਹਾਂਜੀ। 13 ਦੀ 9 ਦੇ ਵਿੱਚ ਇਸ ਤਰ੍ਹਾਂ ਲਿਖਿਆ ਜੀ, ਜੀ ਜੀ 9 ਵਿੱਚ, ਹਾਂ ਉਹ 'ਚ ਲਿਖਿਆ ਹੈ, ਜ਼ਕਰਾਇਆ 13 ਦੀ 9। ਮੈਂ ਇੱਕ ਤਿਹਾਈ ਨੂੰ ਅੱਗ ਵਿੱਚ ਪਾਵਾਂਗਾ। ਹਾਂਜੀ, ਜ਼ਕਰੀਆ 13 ਦੀ 9, ਠੀਕ ਹੈ ਜੀ। ਹਾਂਜੀ, ਮੈਂ ਇੱਕ ਤਿਹਾਈ ਨੂੰ ਅੱਗ ਵਿੱਚ ਪਾਵਾਂਗਾ, ਮੈਂ ਉਸਨੂੰ ਤਾਵਾਂਗਾ, ਜਿਵੇਂ ਚਾਂਦੀ ਤਾਈ ਜਾਂਦੀ ਹੈ। ਹਾਂਜੀ, ਅੱਗ ਵਿੱਚ ਮਤਲਬ ਨਾ, ਮੈਂ ਉਸਨੂੰ ਪਰਖਾਂਗਾ ਜਿਵੇਂ ਸੋਨਾ ਪਰਖੀਦਾ ਹੈ, ਅਤੇ ਮੇਰੇ ਨਾਮ ਲੈ ਕੇ ਪੁਕਾਰਨਗੇ, ਉਹ ਮੇਰਾ ਨਾਮ ਲੈ ਕੇ ਪੁਕਾਰਨਗੇ, ਮੈਂ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਆਖਾਂਗਾ ਇਹ ਮੇਰੀ ਪਰਜਾ ਹੈ, ਉਹ ਆਣਗੇ, ਯਹੋਵਾ ਮੇਰਾ ਪਰਮੇਸ਼ੁਰ ਹੈ, ਉਹ ਆਖਣਗੇ ਯਹੋਵਾ ਮੇਰਾ ਪਰਮੇਸ਼ੁਰ ਹੈ, ਯਹੋਵਾ ਮੇਰਾ ਪਰਮੇਸ਼ੁਰ ਹੈ। ਹਾਂਜੀ ਹਾਂਜੀ ਹਾਂਜੀ, ਅਤੇ ਇਹਨੂੰ ਹੋਰ ਇਹ ਚਾਂਦੀ ਜਿਹੜੀ ਹੈ ਨਾ, ਇਹ ਟ੍ਰਿਬਿਊਟ ਨਹੀਂ ਹੁੰਦਾ ਜਿਸ ਤਰ੍ਹਾਂ ਖਰਾਜੇ ਤਹਿਸੀਨ ਕਿਸੇ ਨੂੰ ਯਾਰ ਤਾਰੀਫ ਕਰਨੀ ਜਾਂ ਓਨਰ ਦੇ ਲਈ ਵੀ ਇਹ ਵੀ ਇੱਕ ਹੈਗਾ, ਇਹਦਾ ਵੀ ਹਵਾਲਾ ਕੁਛ ਪੜ੍ਹ ਦਿਓ, ਦੂਸਰਾ ਇਤਿਹਾਸ, ਦੂਸਰਾ ਤਵਾਰੀਖ ਜਾਂ ਕ੍ਰੋਨੀਕਲ 17:11, ਇਹ ਵੀ ਉਸ ਚੀਜ਼ ਨੂੰ ਦਰਸਾਉਂਦਾ ਹੈ ਕਿ ਸਿਲਵਰ। ਠੀਕ ਹੈ, ਜਿਸ ਤਰ੍ਹਾਂ ਇੱਥੇ ਆਪਣੇ ਕਿਹਾ ਜੀ, ਆਪਣੇ ਚਾਂਦੀ ਜੋ ਹੁੰਦੀ ਹੈ, ਹਾਂਜੀ, ਅਤੇ ਉਹ ਚਾਂਦੀ ਨੂੰ ਅੱਗ ਵਿੱਚੋਂ ਨਹੀਂ ਕੱਢਿਆ ਜਾਂਦਾ ਜੀ, ਉਹ ਧਾਤ ਜਿਹੜੀ ਹੈਗੀ ਆ ਉਹ ਪਿਓਰ ਜਾਂ ਤੁਸੀਂ ਕਿਹਾ ਪਿਓਰਿਟੀ ਨੂੰ, ਪਿਓਰਿਟੀ ਨੂੰ, ਯਾਨੀ ਉਹ ਗੰਦ ਬਲਾ ਨਿਕਲ ਆਉਂਦਾ ਅਤੇ ਅਸਲੀ ਚੀਜ਼ ਆ ਜਾਂਦੀ ਹੈਗੀ ਆ, ਅਤੇ ਖਾਲਸਪਨ ਇਹਨੂੰ ਆਪਾਂ ਲਿਖਾਇਆ। ਮਲਾਕੀ 3:3 ਵੀ ਵੇਖ ਛੱਡੋ ਜ਼ਰਾ। ਅੱਛਾ ਚਲੋ, ਇਹਨੂੰ ਡਿਸਕਸ ਕਰ ਰਹੇ ਹਾਂ। ਹਾਂਜੀ ਹਾਂਜੀ, ਅਤੇ ਹਾਂਜੀ, ਅਤੇ ਚਾਂਦੀ ਮਤਲਬ ਕਿ ਇੱਕ ਚੰਗੀ ਧਾਤੂ ਆ, ਮੈਟਲ ਆ, ਲੇਕਿਨ ਅੱਗ ਵਿੱਚੋਂ ਨਿਕਲ ਚੁੱਕੀ, ਤਾਵੇ ਵਿੱਚੋਂ ਗੁਜ਼ਰਦੀ ਹੈ, ਯਾਨੀ ਅੱਗ ਵਿੱਚੋਂ ਨਿਕਲ ਚੁੱਕੀ। ਕਿਉਂਕਿ ਅਸੀਂ ਕਹਿੰਦੇ ਹਾਂ ਖੁਦਾਮ ਸਾਨੂੰ ਪਿਓਰ ਕਰਦੇ, ਉਹ ਜਦੋਂ ਭੱਟੀ 'ਚ ਪਾਉਂਦਾ ਨਾ, ਅਤੇ ਫਿਰ ਉਹ ਨਹੀਂ, ਅਸੀਂ ਕਹਿੰਦੇ ਹਾਂ ਕੱਢ ਕੱਢ ਇਹਦੇ ਵਿੱਚ, ਹੈ ਨਾ, ਕੀ ਕਿਹੜੇ ਖਾਤੇ 'ਚ। ਹਾਂਜੀ ਹਾਂਜੀ ਹਾਂਜੀ, ਆਪਾਂ ਪੜ੍ਹਦੇ ਹਾਂ ਜੀ, ਤੁਸੀਂ ਦੂਜਾ ਇਤਿਹਾਸ 17:11 ਕਿਹਾ ਸਕਾ ਜੀ ਜੀ ਜੀ। ਹਾਂ, ਅਤੇ ਸੋਨੇ ਦੇ ਨਾਲ ਚਾਂਦੀ ਦੇ ਨਾਲ ਤੁਲਨਾ ਕਰਨਾ ਮਤਲਬ ਚੀਜ਼ਾਂ ਮਤਲਬ ਜਿਹੜੀਆਂ ਅੱਗ ਵਿੱਚੋਂ ਦੀ ਨਿਕਲ, ਜਾਂ ਕਿਸੇ ਨੂੰ ਤਾਰੀਫ ਕਰਨੀ, ਓਨਰ ਦੇਣਾ, ਟ੍ਰਿਬਿਊਟ ਨਹੀਂ ਆਉਂਦਾ, ਟ੍ਰਿਬਿਊਟ ਦੇਣਾ। ਹਾਂਜੀ, ਅਤੇ ਚਾਂਦੀ ਉੱਦਾਂ ਥੋੜ੍ਹੀ ਜਿਹੀ ਨਰਮ ਹੁੰਦੀ ਆ, ਸੋਨਾ ਥੋੜ੍ਹਾ ਸਖਤ ਸੋਫਟ ਮੈਟਲ ਹੈ, ਇਸ ਲਈ ਉਹ ਸੋਨੇ ਨੂੰ ਵੀ ਨਰਮ ਬਣਾਉਣ ਲਈ ਚਾਂਦੀ ਨੂੰ ਥੋੜ੍ਹੀ ਜਿਹਾ ਮਿਕਸ ਕਰ ਦੇਣਾ। ਹਾਂਜੀ, ਅਤੇ ਹਾਂਜੀ ਪੜ੍ਹਦੇ ਹਾਂ ਜੀ, ਇਤਿਹਾਸ 17:11 ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਅਤੇ ਇੱਕ ਫਲਸਤੀ ਯਹੋਸ਼ਾਫਾਤ ਦੇ ਕੋਲ ਨਜ਼ਰਾਨੇ ਅਤੇ ਖਰਾਜ ਵਿੱਚ ਚਾਂਦੀ ਲੈ ਆਏ, ਅਤੇ ਅਰਬ ਦੇ ਲੋਕ ਵੀ ਉਹਨਾਂ ਦੇ ਕੋਲ ਇੱਜੜ ਲਿਆਏ, ਅਰਥਾਤ 7,700 ਮੇਢੇ ਅਤੇ 7,700 ਬੱਕਰੇ।
चांदी लेके आए हाँ जी जी मतलब उदो ट्रिब्यूट या ऑनर की गल है उन्होंने ये चीज़ पेश की जाती है तो ये तरसाने का मतलब यदा मीनिंग जड़ा है वो यही है कि वो ये चीज़ा जड़िया ने जो सानू सुपने नज़र आन वो बाद इस कर लेना है ना कि इन किस तरह असी समझ सकने हैं उस सुपने जो आप करा हाँ हाँ जी ठीक है जी आप पढ़ते हैं जी बलाकी तैंती तैन तुम कह सकते ना जी हाँ जी उस लिखा है वह चांदी ताउण अते साफ करन लई बैठणगे हाँ जी थोड़ा उपरों जो थोड़ा उपरों थोड़े पढ़ लीजिए एक आयत उत्थे पढ़ लो हाँ जी ते एक ही पढ़ लगे हो बलाकी 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 हाँ दो दो तो पढ़ दें जी तो उस लिखा है पर बलाकी तैंती दो पर उस दे आउण दा दिन नू कौन सहार सकता है अते कौन खड़ा रहेगा जद वह प्रगट होगा क्यों जो ओ निस्तारे दी अग अते तौबा दा साबण वर्गा है ओ दिन ओ ओ दी जिहड़ी अग आ हां जी हां जी हां जी उस दिन कहिंदा ओ चांदी नूं हां जी जी ओ चांदी नूं तौण मतलब अग विचों दी अते साफ करन लई बैठेगा अते लीवियां नूं चांदी वांगू साफ करेगा हां जी सोने वांगू अते चांदी वांगू तावेगा मतलब गर्म करेगा अते ओ धर्म नाल यहोवा लई भेट चढ़ाउणगे चढ़ाउणगे तो सो इनू असी देख रहे हां वचन जिहड़ा ओ वी प्योर है फिर असी की कहिंदे ने होलीनेस पवित्रताई च फिर असी ये देख रहे हां कि ये किसी नूं ट्रिब्यूट किसी नूं ऑनर करन लई भी फिर इहदा तल्लक ज़करिया 11 दी 12 13 दे मुताबिक डिविनिटी या धार्मिकता ते या सेलवेशन नूं भी ये सिंबल जड़ा है ये शो करता है ज़करिया 11 दी 11 ज़करिया 11 दी 12 ते 13 ते फिर ग्रेस नूं भी कृपा नूं भी यानी ये की है वो सोलोमन का नहीं है सोंग्स ऑफ सोंग्स या उदी एक दी 11 सो ये चीज़ा सिल्वर जो आए यदा मतलब की हो गया ओवरऑल तुम आप पढ़ते हो तो फिर ये गलबात कर हाँ अपने जकड़ाया जी जकड़िया 11 दी 12 13 जी या कुछ लिखा है जकड़ाया 11 दी 12 13 हाँ जी तद मैं उन्होंने आख्या जे तुहाड़ी निगाह एक चंगी हो विच चंगा होवे तां मैं तां मेरी मजदूरी मैनू दिओ नहीं तां ना सही उन्होंने तोल के 30 रुपए मेरी मजदूरी दे मैनू दिते ये तुहानू पता है ये खुदा यीशु मसीह डिविनिटी की भी गल हो रही है ये नजात की गल हो रही है वो योदा स्क्रूती ने 30 सिक्के सन ना ये वो उदी प्रोफेसी हैगी है इनू अंडरलाइन कर लेना इसलिए कि उन्होंने ये चूंकि ये जो कुछ यहूदा स्क्रूती ने किया सारी प्रोफेसी पूरी हो रही थी हालांकि देखो यहूदा स्क्रूती जड़ा है हाँ जी वो तो वचन च लिखा ना वो तो विश्वास ही नहीं लियाया सी यसू ते है ये जड़ा छे दी चौंठ आयत पढ़ दो योना इनू ही क्लियर कर लीए योना छे दी चौंठ अच्छा जी आप तेरी पढ़नी हाले जी इहदी ज़िक्रा दी अच्छा 11 दी 13 पढ़ी दी यहोवा ने मैनू आख्या कि उन्होंने कुमार अगे सुट के अर्थात वो वड्डे मुल नू जिहड़ा उन्हां वल्लों मेरा मुल पिया है मैं वो 30 रुपए लैके यहोवा दे भवन विच कुमार अगे सुट दित्ते वो सुट गया सी हाँ जी हाँ जी यहोदा स्क्रूती सुट गया सी उन्होंने कहा यार इनू हुण अपने पैसों च नहीं पाना क्योंकि ये खून की कीमत है हाँ ते हैकल दमा
उन्होंने की किया यार फिर की करिए एक लैंड लै लो जेडे कोई परदेसी मर जाते हकल दमा उन्होंने फ्यूनरल कर दिया करो उन्होंने जनाजे कर दिया करो पर खुदाम यीशु मसीह इत्थे भी कुछ कह रहे ने कि बहुत सारे ने जिहड़े मेरे ते विश्वास नहीं लाए की इत्थे दी हां जी यहूदा अपने अपने सॉरी यूहन्ना 6:64 पर इस तरह कह रहा जी पर थोड़े विचों किन्ने की हन जेड़ा किन्ने ही हन जो निश्चय नहीं करदे क्यों जो यीशु मुंडो जानदा सी कि ਕਿਹੜੇ ਹਨ ਜਿਹੜੇ ਨਿਸ਼ਚਾ ਨਹੀਂ ਕਰਦੇ ਅਤੇ ਕੌਣ ਹੈ ਜੋ ਉਸਨੂੰ ਫੜਾਏਗਾ ਹਾਂ ਨਿਸ਼ਚਾ ਨਹੀਂ ਕੀਤਾ ਬਿਲਕੁਲ ਇਹ ਬੇਸ਼ੱਕ ਉਹਨਾਂ ਨੇ ਚੁਣ ਲਿਆ ਸੀ ਯਿਸੂ ਨੇ ਪਰ ਉਹਦੇ 'ਤੇ ਵਿਸ਼ਵਾਸ ਨਹੀਂ ਲਿਆ ਇਸ ਲਈ ਲੋਕ ਕਹਿੰਦੇ ਨੇ ਫਿਰ ਯਿਸੂ ਨੂੰ ਗਲਤੀ ਹੋ ਗਈ ਨਹੀਂ ਗਲਤੀ ਨਹੀਂ ਹੋਈ ਇਹ ਹੁਣ ਟਾਪਿਕ ਥੋੜ੍ਹਾ ਜਿਹਾ ਨਿਕਲ ਰਿਹਾ ਲੇਕਿਨ ਚੂੰਕਿ ਇਹ ਇਹਦੇ 'ਤੇ ਸਾਡੀ ਡਿਵਨਿਟੀ ਹੈ ਅਲਹੂਈਅਤ ਅਤੇ ਨਜਾਤ ਅਤੇ ਧਾਰਮਿਕਤਾ ਦੀ ਗੱਲ ਹੋ ਰਹੀ ਕਿਉਂਕਿ ਇਹ ਪ੍ਰੋਫਸੀਜ਼ ਹੁਣ ਅਸੀਂ ਕਹਿੰਦੇ ਜੀ ਯਹੂਦਾ ਅਤੇ ਉਹਨੇ ਪੂਰੀ ਰਾਤ ਲਾ ਕੇ ਅਤੇ ਰਸੂਲ ਚੁਣ ਲਏ ਲੇਕਿਨ ਇਹ ਯਹੂਦਾ ਦੇ ਲਈ ਬਾਈਬਲ ਦੇ ਵਿੱਚ ਇਹਨੂੰ ਕਿਉਂ ਵਿੱਚ ਐਡ ਕੀਤਾ ਗਿਆ ਸੀ ਇਸ ਲਈ ਕੀਤਾ ਗਿਆ ਸੀ ਜ਼ਬੂਰ 109 ਅਤੇ 69 ਦੇ ਵਿੱਚ 30 ਪ੍ਰੋਫਸੀਜ਼ ਨੇ ਇਹਦੇ ਲਈ ਕਿਉਂਕਿ ਚੇਲਿਆਂ ਦੇ ਕਰਤੱਵ ਉਹ ਵਚਨ ਵੀ ਪੂਰਾ ਹੋਣਾ ਸੀ ਯਿਸੂ ਨੇ ਸਲੀਬ ਤੱਕ ਜਾਣਾ ਸੀਗਾ ਸਲੀਬ ਤੱਕ ਜਾਣਾ ਸੀ ਤੇ ਇਸੇ ਲਈ ਇਹ ਜਿਹੜਾ ਸੀ ਨਾ ਚੇਲਿਆਂ ਦੇ ਕਰਤੱਵ ਆਪਾਂ ਥੋੜਾ ਉੱਠ ਹੋ ਜਾਣਾ ਜੀ ਉਹਦਾ ਸਿਲਵਰ ਤੇ ਆ ਜੀ ਸੋ ਇਹਦਾ ਇਹ ਵੀ ਸੀ ਕਿ ਇਹ 30 ਸਿੱਕਿਆਂ ਦੀ ਗੱਲ ਹੋ ਗਈ ਹੈ ਨਾ ਹਾਂਜੀ ਹਾਂਜੀ ਸਿੱਕੇ ਉਹ ਵੀ ਹੋ ਗਏ ਕਿਉਂਕਿ ਅਸੀਂ ਕਹਿ ਰਹੇ ਸਾਂ ਉਹ ਚਾਂਦੀ ਦੇ ਸਨ ਜਾਂ ਜਿਹਦੇ ਵੀ ਸਨ ਕਿਉਂਕਿ ਇਹਦਾ ਇਹਦਾ ਮਤਲਬ ਹੋ ਗਿਆ ਇਹ ਨੰਬਰਸ ਵਿੱਚ ਵੀ ਕੋਈ 30 ਦਾ ਅਸੀਂ ਵੇਖਾਂਗੇ ਹੈ ਨਾ ਓਕੇ ਅੱਛਾ ਸੋ ਗ੍ਰੇਸ ਦਾ ਵੇਖ ਲਓ ਇਹ ਇਹ ਗ੍ਰੇਸ ਕਿਰਪਾ ਦਾ ਹੈ ਨਾ ਇਹ ਹੈਗਾ 1:11 ਹੈ ਨਾ ਜੀ 1:11 ਕਾਜੀ 1:11 ਜੀ ਗਜ਼ਲੋ ਗਜ਼ਲਾਤ ਜਾਂ ਸੌਂਗਸ ਆਫ ਸੋਲਮਨ ਅੱਛਾ ਜਾਂ ਸੌਂਗਸ ਆਫ ਸੌਂਗਸ ਹਾਂਜੀ ਹਾਂਜੀ ਇਹਦੀ 1:11 ਦੇ ਵਿੱਚ ਕਿ ਇਹ ਗ੍ਰੇਸ ਦਾ ਵੀ ਸਿਲਵਰ ਜਿਹੜਾ ਨਾ ਇਹ ਗ੍ਰੇਸ ਦਾ ਵੀ ਹੈ ਸੌਂਗ ਹਾਂ ਹਾਂਜੀ ਜਿਹੜੇ ਸ੍ਰੇਸ਼ਟ ਸੌਂਗ ਜਾਂ ਸੋਲਮਨ ਦੇ ਜਿਹੜੇ ਹੈਗੇ ਉਹ 'ਚ ਲਿਖਿਆ ਅਤੇ ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲੋਂ ਬਣਾਵਾਂਗੇ ਹਾਂਜੀ ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ ਹਾਂ ਇਹ ਗ੍ਰੇਸ ਫਜ਼ਲ ਦੀ ਗੱਲ ਹਾਂਜੀ ਹੁਣ ਇਹਦੇ 'ਚ ਕੀ ਹੈ ਕੋਈ ਗੱਲਬਾਤ ਕੋਈ ਕੁਐਸਚਨ ਇਹਦੇ 'ਤੇ ਆ ਰਿਹਾ ਬਈ ਸਿਲਵਰ ਨੂੰ ਆਪਾਂ ਇਹ ਵੇ ਕੇ ਜਦੋਂ ਸਿਲਵਰ ਅਸੀਂ ਵਿਜ਼ਨ ਜਾਂ ਡ੍ਰੀਮਸ 'ਚ ਵੇਖਦੇ ਹਾਂ ਅਤੇ ਇਹਦਾ ਮਤਲਬ ਇਹ ਕਿ ਓਵਰਆਲ ਇਹ ਪ੍ਰਭੂ ਦਾ ਵਚਨ ਵੀ ਖਾਲਸ ਹੈ ਠੀਕ ਹੈ ਅਤੇ ਛੁਟਕਾਰੇ ਨੂੰ ਵੀ ਜ਼ਾਹਿਰ ਕਰ ਰਿਹਾ ਫਿਰ ਪਵਿੱਤਰਤਾਈ ਨੂੰ ਵੀ ਯਾਨੀ ਖਾਲਸਪਨ ਨੂੰ ਵੀ ਜ਼ਾਹਿਰ ਕਰ ਰਿਹਾ ਅਤੇ ਫਿਰ ਇਹ ਰਿਡੈਮਸ਼ਨ ਯਾਨੀ ਯਿਸੂ ਨਾਲ ਕਿ ਅਸੀਂ ਰਿਲੇਟ ਇਹਨੂੰ ਕੀਤਾ ਕਿ ਬਈ ਉਹ 30 ਸਿੱਕਿਆਂ ਦਾ ਵੀ ਜ਼ਿਕਰ ਆ ਗਿਆ ਇਸ ਲਈ ਇਹ ਜਿੱਥੇ ਯਿਸੂ ਹੈ ਉੱਥੇ ਉਹਦੀ ਧਾਰਮਿਕਤਾ ਹੈ ਔਰ ਸੈਲਵੇਸ਼ਨ ਦੀ ਵੀ ਗੱਲ ਹੈ ਫਿਰ ਉਹਦੇ ਬਾਅਦ ਗ੍ਰੇਸ ਹੈਗਾ ਕਿ ਸੋਨਾ ਅਤੇ ਚਾਂਦੀ ਹੈ ਨਾ ਅਤੇ ਇਹ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਉਹ ਜਿਹੜੇ ਵਾਈਜ ਮੈਨ ਆਏ ਸਨ ਹੈ ਨਾ ਹਾਂਜੀ ਅਤੇ ਉਹ ਵੀ ਆਪਣੇ ਨਾਲ ਸੋਨਾ ਅਤੇ ਇਸ ਤਰ੍ਹਾਂ ਦਾ ਤੋ ਇਹ ਸਿਲਵਰ ਦੀ ਗੱਲ ਹੋ ਰਹੀ ਸੋ ਜਦੋਂ ਸਿਲਵਰ ਕਲਰ ਕੀ ਹੁੰਦਾ ਭਲਾ ਚਾਂਦੀ ਦਾ ਚਾਂਦੀ ਦਾ ਸਿਲਵਰ ਕਲਰ ਇਹੋ ਹੁੰਦਾ ਚਾਂਦੀ ਵਰਗਾ ਸੋ ਜਦੋਂ ਕੋਈ ਚਾਂਦੀ ਵੇਖਾਂਗੇ ਤੇ ਸਾਡੇ ਜ਼ਿਹਨਾਂ 'ਚ ਹੋਣਾ ਚਾਹੀਦਾ ਉਹ ਯਾਰ ਇਹ ਚਾਂਦੀ ਨਜ਼ਰ ਆਈ ਹੈ ਅਤੇ ਉਹਦਾ ਮਤਲਬ ਇਹ ਵੇ ਪਿਓਰਿਟੀ ਦੀ ਗੱਲ ਹੈ ਔਰ ਉਹ ਜੀ ਚਮਕ ਹੁੰਦੀ ਹੈ ਚਮਕ ਹੈ ਅਤੇ ਨਾਲੇ ਚਾਂਦੀ ਇੱਕ ਪ੍ਰੋਸੈਸ 'ਚੋਂ ਨਿਕਲ ਕੇ ਆਈ ਹੁੰਦੀ ਹੈ ਖਾਲਸ ਹੋ ਕੇ ਅਤੇ ਇਹਦਾ ਮਤਲਬ ਇਹ ਕਿ ਇਹ ਸਾਡੇ ਲਈ ਕੋਈ ਚੰਗੀ ਗੱਲ ਹੈ ਜਾਂ ਚਾਂਦੀ ਦਾ ਚਾਂਦੀ ਨਜ਼ਰ ਆ ਰਹੀ ਅਤੇ ਇਹਦਾ ਮਤਲਬ ਇਹ ਸਾਡੀ ਜ਼ਿੰਦਗੀਆਂ ਵਿੱਚੋਂ ਖੁਦਾ
कोई चीज़ां कढ़न दिया है। मती 3:11-12 च जिहड़ा पाक रूह का बपतिस्मा है बिलीवरस लई, अग दा ठीक है, वो साढ़े ये नहीं जे अह अग लानी साढ़े अंदर वो चीज़ां जड़ियां ने जिस तरह चांदी नू प्योर कर दें, ये अग दा बपतिस्मा किसे होर लई नहीं है, पाक रूह दा बपतिस्मा किसे होर लई है कि उन्हां नू खिदमत लई है, लेकिन अग दा बपतिस्मा जड़ा है वो सानू प्योर करन लई है ताकि ये वैसल साफ होवे ते वो खुदा काम कर सके थ्रू अनॉइंटिंग, ठीक है। सो ये सारिया चीज़ां सिल्वर च हो रहा है, कोई पाखरू का बपतिस्मा भालन डया है, यदा मतलब है कि पुत्र जी ये कुछ ये भी ब्लैसिंग आने। सो बहुत सारी चीज़ों असी इनू देख सकते हैं कि उदों उस बंदे दी सिचुएशन की सी या कि वो किस हालात विच गुजर रहा है, तो चांदी नज़र आ गई है, है ना। सो इस तरीके नाल इनू असी ब्रॉडर यानी खुले तौर पर वेखना है, हालात के मुताबिक चांदी का की काम है, ठीक है। हाँ ठीक है जी, अपने इतने फिनिश करिए जी। हाँ जी फिनिश कर। हालेलुया, परमेश्वर पिता आपका शुक्र करते हैं इस समय के लिए, जो कुछ भी आपके वचन के पढ़िया सुनिया सीख्या समझिया वो सारा साढ़े अंदर वसया परमेश्वर पिता, और एक एक दे लई दुआ करते हैं कि परमेश्वर पिता साढ़े अंदर जो भी खोट जो भी मिलावट है वह परमेश्वर पिता चांदी वांगू अग दे विचों दी निकल के वह साफ होंदी है, इसे तरह साड़ियां जिंदगियां दे विचों भी परमेश्वर पिता वह मिलावट निकल जाए परमेश्वर पिता, तां कि असी आप दे राज दे लई सच्चे खालस प्योरिटी दे विच आ के काम कर सकीए परमेश्वर पिता। आप दी कलीसिया दे लई इहे मंगदे हां, सब दे लई मंगदे हां परमेश्वर पिता, यूनिवर्सल यस फादर गॉड, और आप जी दी मर्जी इक इक दी जिंदगी दे विच पूरी होवे परमेश्वर पिता, और ये सब कुछ मानते हाँ आप के इकलौते पुत्र साढ़े मुक्तिदाता यीशु मसीह के नाम। आमीन।